ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ। ਮੈਂ ਸੁੱਖੀ ਟਿਵਾਣਾ, ਟਿਵਾਣਾ ਸੀਡ ਸਟੋਰ ਤੋਂ, ਅਤੇ ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਖੇਤੀ ਇਨਫੋ। ਕਿਸਾਨ ਵੀਰੋ, ਅੱਜ ਜਿਹੜੀ ਹੈਗੀ ਵੀਡੀਓ ਇਹਦੇ ਵਿੱਚ ਆਪਾਂ ਨੇ ਐਨ ਪੀ ਕੇ ਦੀ ਜਿਹੜੀ ਮੈਨੇਜਮੈਂਟ ਹੈਗੀ ਹੈ ਆਪਣੇ ਝੋਨੇ ਦੀ ਫਸਲ ਦੇ ਵਿੱਚ, ਉਹਦੇ 'ਤੇ ਗੱਲ ਕਰਨੀ ਹੈ। ਅਤੇ ਚਲੋ, ਮੈਂ ਵੈਸੇ ਹੀ ਵੀਡੀਓ ਬਣਾ ਰਿਹਾ ਸੀ, ਨਾਲ ਨਾਲ ਗੱਲ ਆਪਾਂ ਐਨ ਪੀ ਕੇ 'ਤੇ ਕਰਾਂਗੇ। ਇਹ ਵੈਸੇ ਖੇਤ ਆਪਣਾ ਜਿਹੜਾ ਹੈਗਾ ਪੂਸਾ ਬਾਸਮਤੀ 1886 ਵਾਲਾ ਹੈ, ਜਿਹੜਾ ਪੂਸਾ ਬਾਸਮਤੀ 1401 ਦਾ ਬਦਲ ਹੈ ਨਾ। ਅਤੇ ਨਾਲ ਨਾਲ ਆਪਾਂ ਚਲੋ ਫਸਲ ਦੇਖ ਲੈਂਦੇ ਵੀ ਕਿਵੇਂ ਦਿਖੜੀ ਹੈ, ਅਤੇ ਇਹਦੀ ਅੱਗੇ ਵੀਡੀਓ ਤਾਂ ਆਪਾਂ ਪ੍ਰੋਪਰ ਬਣਾਵਾਂਗੇ ਜਦੋਂ ਇਹ ਨਿਸਰਨ ਲੱਗ ਗਈ। ਦੋ ਵੀਡੀਓ ਆਪਾਂ ਪਹਿਲਾਂ ਹੀ ਪਾਤੀਆਂ ਦੀ ਹੈ ਨਾ। ਤਾਂ ਇਹਦੇ ਵਿੱਚ ਕੀ ਹੈ ਕਿ ਕੁਛ ਕੁ ਬੰਦੇ ਤਾਂ ਦੇਖੋ ਇਹ ਗੱਲ ਕਰਦੇ ਨੇ ਕਿ ਐਨ ਪੀ ਕੇ ਦੇ ਨਾਲ ਕਾਫੀ ਫਾਇਦਾ ਹੁੰਦਾ ਸਾਡਾ, ਜੇ ਅਸੀਂ ਐਨ ਪੀ ਕੇ ਦਾ ਸਪਰੇਅ ਕਰ ਦਿੰਦੇ ਹਾਂ ਕਿ ਉਹਦੇ ਨਾਲ ਸਾਡਾ ਕਾਫੀ ਫਾਇਦਾ ਹੋ ਜਾਂਦਾ। ਅਤੇ ਕੁਛ ਕੁ ਬੰਦੇ ਇਸ ਗੱਲ ਨੂੰ ਨਕਾਰਦੇ ਨੇ। ਤਾਂ ਹੁਣ ਦੇਖੋ, ਆਪਾਂ ਕਿਸੇ ਵੀ ਬੰਦੇ ਦੀ ਗੱਲ ਨੂੰ ਨਕਾਰ ਨਹੀਂ ਰਹੇ ਇੱਥੇ, ਠੀਕ ਹੈ। ਉਹ ਆਪਣਾ ਆਪਣਾ ਤਜਰਬਾ ਸਾਂਝਾ ਕਰ ਰਹੇ ਨੇ ਕਿ ਜੋ ਉਹਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਰਿਜ਼ਲਟ ਮਿਲਦਾ ਐਨ ਪੀ ਕੇ ਦਾ ਜਾਂ ਨਹੀਂ ਮਿਲਦਾ। ਤਾਂ ਇਹਦੇ ਵਿੱਚ ਦੇਖੋ, ਇੱਕ ਤਾਂ ਵੈਸੇ ਤਾਂ ਆਪਾਂ ਨੇ ਐਨ ਪੀ ਕੇ ਦੇ ਸਪੈਸ਼ਲ ਵੀਡੀਓਜ਼ ਬਣਾਈਆਂ ਹੋਈਆਂ ਨੇ ਪਿਛਲੇ ਸਾਲ ਕਿ ਕਿਹੜੀ ਸਟੇਜ 'ਤੇ ਆਪਾਂ ਕਿਹੜਾ ਐਨ ਪੀ ਕੇ ਜਿਹੜਾ ਹੈਗਾ ਉਹ ਵਰਤ ਸਕਦੇ ਹਾਂ, ਹੈ ਨਾ। ਅਤੇ ਇਹਦੇ ਵਿੱਚ ਇਹ ਹੋ ਜਾਂਦਾ ਦੇਖੋ ਵੀ ਜੇ ਸਾਡੀ ਜ਼ਮੀਨ ਦੇ ਵਿੱਚ ਘਾਟ ਹੈਗੀ ਹੈ ਕਿਸੇ ਦੀ, ਜਿਵੇਂ ਪੋਟਾਸ਼ ਦੀ ਘਾਟ ਹੋਵੇ, ਤਾਂ ਸਾਨੂੰ 0.050 ਘੱਟੋ ਘੱਟ ਕਰ ਲੈਣਾ ਚਾਹੀਦਾ ਫਿਰ, ਹੈ ਨਾ। ਅਤੇ ਜਾਂ ਮੰਨ ਲਓ ਆਪਣੀ ਫਸਲ ਜਿਹੜੀ ਹੈਗੀ ਆਪਾਂ ਨਾਈਟ੍ਰੋਜਨ ਵੈਸੇ ਹੀ ਘੱਟ ਦਿੱਤਾ ਹੋਇਆ ਉਹਨੂੰ, ਤਾਂ ਉਹਦੇ ਵਿੱਚ ਆਪਾਂ 13.045 ਵਰਤ ਸਕਦੇ ਹਾਂ। ਤਾਂ ਹੁਣ ਇਹ ਕੰਮ ਕਈ ਖੇਤਾਂ ਵਿੱਚ ਕਰਦੀ ਹੈ, ਕਈਆਂ 'ਚ ਨਹੀਂ ਕਰਦੀ। ਉਹਦਾ ਰੀਜ਼ਨ ਇਹੀ ਹੈ ਕਿ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਪੋਟਾਸ਼ ਦੀ ਕੋਈ ਘਾਟ ਨਹੀਂ ਉਹਨਾਂ ਦੇ ਵਿੱਚ ਤੁਸੀਂ ਜੇ ਕਰ ਵੀ ਦੇਵੋਗੇ ਤਾਂ ਉਹਨੇ ਬਹੁਤ ਜ਼ਿਆਦਾ ਫਾਇਦਾ ਵੀ ਨਹੀਂ ਕਰਨਾ, ਠੀਕ ਹੈ। ਅਤੇ ਜਿਨ੍ਹਾਂ ਦੇ ਵਿੱਚ ਘਾਟ ਹੈ ਉਹਨਾਂ ਦੇ ਵਿੱਚ ਇਹ ਫਾਇਦਾ ਕਰੂਗੀ ਜੇ ਤੁਸੀਂ ਸਪਰੇ ਕਰੋਗੇ। ਅਤੇ ਪੋਟਾਸ਼ ਦੀ ਮੇਨ ਘਾਟ ਆਉਂਦੀ ਹੁੰਦੀ ਹੈ ਕਿਉਂਕਿ ਜਿਹੜੀਆਂ ਡਾਕਰ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਫਾਸਫੋਰਸ ਦੀ ਘਾਟ ਤਾਂ ਬਹੁਤ ਘੱਟ ਆਉਂਦੀ ਹੈ, ਖਾਸ ਕਰਕੇ ਝੋਨੇ ਨੂੰ, ਠੀਕ ਹੈ। ਕਿਉਂਕਿ ਆਪਾਂ ਨੇ ਕਣਕ ਨੂੰ ਡੀ ਏ ਪੀ ਜਿਹੜਾ ਹੈਗਾ ਪ੍ਰੋਪਰ ਮਾਤਰਾ ਦੇ ਵਿੱਚ ਪਾਇਆ ਹੁੰਦਾ, ਤਾਂ ਉਹੀ ਜਿਹੜਾ ਡੀ ਏ ਪੀ ਹੈ ਅੱਧੀ ਮਾਤਰਾ ਉਹਦੀ ਕੁਛ ਨਾ ਕੁਛ ਪਈ ਹੁੰਦੀ ਹੈ। ਆਪਾਂ ਕਹਿ ਸਕਦੇ ਹਾਂ ਕਿ 30-40% ਤੱਕ ਫਾਸਫੋਰਸ ਉਹੀ ਪਈ ਹੁੰਦੀ ਹੈ ਜਿਹੜੀ ਆਪਾਂ ਕਣਕ ਦੇ ਵਿੱਚ ਵਰਤੀ ਹੁੰਦੀ ਹੈ, ਜੇ ਆਪਾਂ ਪ੍ਰੋਪਰ ਵਰਤਦੇ ਹਾਂ ਕਣਕ 'ਚ। ਜੇ ਆਪਾਂ ਉੱਥੇ ਹੀ ਘੱਟ ਪਾਈ ਹੋਈ ਹੈ ਤਾਂ ਗੱਲ ਅਲੱਗ ਹੈ। ਅਤੇ ਹੁਣ ਕਈ ਵੀਰ ਸੋਚਣਗੇ ਵੀ ਯਾਰ ਅਸੀਂ ਕਿਹੜਾ ਮਿੱਟੀ ਟੈਸਟ ਕਰਾਈ ਹੈ, ਸਾਨੂੰ ਕੀ ਪਤਾ ਲੱਗੂਗੀ ਕਿ ਪੋਟਾਸ਼ ਦੀ ਜਾਂ ਬੋਰਾਨ ਦੀ ਘਾਟ ਆ ਰਹੀ ਹੈ ਕਿ ਨਹੀਂ ਆ ਰਹੀ। ਤਾਂ ਤੁਸੀਂ ਆਪਣਾ ਰਿਕਾਰਡ ਚੈੱਕ ਕਰੋ ਕਿ ਪਿਛਲੇ ਸਾਲਾਂ ਦੇ ਦੌਰਾਨ ਅਗਰ ਤੁਹਾਡੇ ਖੇਤਾਂ ਦੇ ਵਿੱਚ ਦਾਣੇ ਜਿਹੜੇ ਹੈਗੇ ਆ ਉਹ ਮਟਮੈਲੇ ਜਿਹੇ ਹੋ ਜਾਂਦੇ ਆ, ਸਾਫ ਦਾਣੇ ਜ਼ਿਆਦਾ ਨਹੀਂ ਰਹਿੰਦੇ, ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਪੋਟਾਸ਼ ਦੀ ਜਿਹੜੀ ਘਾਟ ਹੈ ਉਹਦੇ ਕਰਕੇ ਚੀਜ਼ ਹੁੰਦੀ ਹੈ। ਅਤੇ ਜਾਂ ਆਪਣੇ ਕਈ ਵਾਰੀ ਦਾਣੇ ਚਿੱਬ ਖਿੜਬੇ ਹੋ ਜਾਂਦੇ ਨੇ, ਹੈ ਨਾ, ਝੋਨੇ ਦੇ ਵੀ। ਅਤੇ ਅਗਰ ਉਹ ਚੀਜ਼ ਦੀ ਵੀ ਆਪਾਂ ਨੂੰ ਦਿੱਕਤ ਆਉਂਦੀ ਹੈ ਤਾਂ ਆਪਾਂ ਆਈਡੀਆ ਲਾ ਲਈਏ ਕਿ ਸਾਡੇ ਖੇਤਾਂ ਦੇ ਵਿੱਚ ਬੋਰਾਨ ਜਿਹੜਾ ਹੈਗਾ ਬੋਰਾਨ ਦੀ ਵੀ ਘਾਟ ਹੈ। ਅਗਰ ਇਹ ਕੋਈ ਦਿੱਕਤ ਆਉਂਦੀ ਹੈ ਕਿਸੇ ਵੀਰ ਨੂੰ ਤਾਂ ਉਹਨੂੰ ਇੱਕ ਐਨ ਪੀ ਕੇ ਦਾ ਸਪਰੇਅ ਜ਼ਰੂਰ ਕਰਨਾ ਚਾਹੀਦਾ ਆਪਣੀ ਫਸਲ ਦੇ ਹਿਸਾਬ ਦੇ ਨਾਲ। ਚਾਹੇ ਤਾਂ ਉਹ 0-13.045 ਦੇ ਨਾਲ ਬੋਰਾਨ ਪਾ ਸਕਦੇ ਨੇ ਅਤੇ ਜਾਂ ਫਿਰ ਉਹ 0.050 ਦੇ ਨਾਲ ਬੋਰਾਨ ਪਾ ਸਕਦੇ ਨੇ। ਬੋਰਾਨ ਦੀ ਡੋਜ਼ ਜਿਹੜੀ ਹੈਗੀ ਆਪਾਂ ਨੇ ਦੱਸੀ ਹੋਈ ਹੈ ਕਿ ਚਿਲੇਟਡ ਜਿਹੜਾ ਹੁੰਦਾ ਉਹੀ ਲੈਣਾ, ਅਤੇ 70 ਕੁ ਗ੍ਰਾਮ ਆਪਾਂ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਉਹਨੂੰ ਵਰਤ ਸਕਦੇ ਹਾਂ, ਹੈ ਨਾ। ਅਤੇ ਬਾਕੀ ਜਿਹੜਾ ਐਨ ਪੀ ਕੇ ਹੈ ਜੇ ਤੁਸੀਂ 0.050 ਕਰਦੇ ਹੋ ਜਾਂ 13.045 ਕਰਦੇ ਹੋ, ਵੈਸੇ ਤਾਂ ਉਹਦੀ ਡੋਜ਼ ਹੈਗੀ 1 ਕਿਲੋ ਦੀ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ। ਜੇ ਆਪਾਂ ਨੂੰ ਜ਼ਰੂਰਤ ਜ਼ਿਆਦਾ ਲੱਗਦੀ ਹੈ ਤਾਂ ਆਪਾਂ 1.5 ਕਿਲੋ ਤੱਕ ਪਾ ਸਕਦੇ ਹਾਂ, ਪਰ ਫਿਰ ਉਹਦੇ ਵਿੱਚ ਆਪਾਂ ਨੂੰ ਕਰਨਾ ਕੀ ਪਊਗਾ, ਫਿਰ ਆਪਾਂ ਨੂੰ ਸਪਰੇ ਦੇ ਵਿੱਚ ਪਾਣੀ ਦੀ ਮਾਤਰਾ ਜਿਹੜੀ ਹੈਗੀ ਹੈ ਪਾਣੀ ਦੀ ਮਾਤਰਾ ਜ਼ਿਆਦਾ ਲਾਉਣੀ ਪਊਗੀ ਜੇ ਜ਼ਿਆਦਾ ਵਧਾ ਕੇ ਪਾ ਰਹੇ ਹਾਂ ਡੋਜ਼, ਠੀਕ ਹੈ। ਅਤੇ ਬੋਰਾਨ ਦੀ ਤਾਂ ਇਸ ਤੋਂ ਜ਼ਿਆਦਾ ਪਾਉਣ ਦੀ ਲੋੜ ਨਹੀਂ, ਵੱਧ ਤੋਂ ਵੱਧ ਅਸੀਂ 100 ਗ੍ਰਾਮ ਤੱਕ ਲਿਜਾ ਸਕਦੇ ਹਾਂ, ਪਰ ਜੇ ਪਾਣੀ ਅਸੀਂ ਫਿਰ 180 ਜਾਂ 200 ਲੀਟਰ ਲਾ ਰਹੇ ਹਾਂ, ਜੇ ਅਸੀਂ 150 ਲੀਟਰ ਪਾਣੀ ਤਾਂ ਸਾਨੂੰ ਲਾਉਣਾ ਚਾਹੀਦਾ ਜਦੋਂ ਵੀ ਆਪਾਂ ਹੁਣ ਸਪਰੇ ਕਰਾਂਗੇ ਜਿਹੜੀ ਮਰਜ਼ੀ ਸਪਰੇ ਕਰੀਏ, ਕਿਉਂਕਿ ਪੱਤਾ ਹੁਣ ਬਹੁਤ ਜ਼ਿਆਦਾ ਹੋ ਗਿਆ ਝੋਨੇ ਦੇ ਉੱਤੇ, ਇਸ ਕਰਕੇ ਪਾਣੀ ਦੀ ਮਾਤਰਾ ਜਿੰਨੀ ਜ਼ਿਆਦਾ ਲਾ ਦਾਂਗੇ ਉਨਾ ਹੀ ਸਾਡਾ ਫਾਇਦਾ ਹੋਊਗਾ। ਅਤੇ ਟਿਪਸ ਨਹੀਂ ਬਰਨ ਹੋਣਗੀਆਂ ਜੇ ਪਾਣੀ ਜ਼ਿਆਦਾ ਲਾਵਾਂਗੇ, ਅਤੇ ਟਿਪਸ ਬਰਨ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਆਪਾਂ ਪਾਣੀ ਘੱਟ ਲਾਇਆ ਹੋਵੇ, ਕੋਈ ਵੀ ਸਪਰੇ ਕੀਤਾ ਹੋਵੇ, ਠੀਕ ਹੈ, ਅਤੇ ਜ਼ਿਆਦਾ ਮਤਲਬ ਕਿ ਕੰਸੈਂਟਰੇਸ਼ਨ ਬਣ ਗਈ ਹੋਵੇ ਜਿਹੜਾ ਘੋਲ ਬਣਾਇਆ ਆਪਾਂ, ਉਹਦੇ ਕਰਕੇ ਵੀ ਟਿਪਸ ਬਰਨ ਹੋ ਸਕਦੇ ਨੇ। ਕੋਈ ਸੋਕਾ ਲੱਗਿਆ ਹੋਵੇ ਅੱਜ ਕੱਲ੍ਹ ਲਾ ਕੇ ਉਹਦੇ ਕਰਕੇ ਵੀ ਟਿਪਸ ਜਿਹੜੇ ਹੈਗੇ ਜ਼ਿਆਦਾ ਦੂਰ ਤੱਕ ਬਰਨ ਹੋ ਸਕਦੇ ਨੇ। ਬਾਕੀ ਜੇ ਥੋੜ੍ਹੇ ਥੋੜ੍ਹੇ ਹੈਗੇ ਜਿਵੇਂ ਤੁਹਾਨੂੰ ਮੈਂ ਇਹਦੇ ਵਿੱਚ ਵੀ ਦਿਖਾ ਦਿੰਦਾ, ਇਹ ਦੇਖੋ ਇਹਦੇ ਵਿੱਚ ਵੀ ਥੋੜ੍ਹੀ ਥੋੜ੍ਹੀ ਬਰਨ ਹੋ ਰਹੀ ਹੈ ਟਿਪਸ, ਤਾਂ ਇਹਦੇ ਸਪਰੇਆਂ ਤਾਂ ਸਾਰੀਆਂ ਹੋਈਆਂ ਹੋਈਆਂ ਨੇ, ਦੇਖੋ ਫਿਰ ਵੀ ਹੋ ਰਹੇ ਨੇ, ਤਾਂ ਇਹਦਾ ਮਤਲਬ ਹੈ ਇਹਨੂੰ ਸੋਕਾ ਵੀ ਨਹੀਂ ਲੱਗਿਆ ਹੋਇਆ ਕੋਈ, ਅਤੇ ਇਹ ਗਰਮੀ ਜੇ ਕਰਕੇ ਹੋ ਰਹੀ ਹੈ ਇਹ ਚੀਜ਼, ਹੈ ਨਾ। ਅਤੇ ਬਾਕੀ ਕਿਹੜੀ ਵਰਾਇਟੀ ਹੈਗੀ ਸਾਡੀ ਉਹਦੇ 'ਤੇ ਡਿਪੈਂਡ ਕਰਦਾ ਕਿ ਕਈ ਵਰਾਇਟੀਆਂ ਹੈਗੀਆਂ ਜਿਨ੍ਹਾਂ ਨੂੰ ਬਲਾਸਟ ਰੋਗ ਜਿਹੜਾ ਜ਼ਿਆਦਾ ਅਟੈਕ ਕਰਦਾ, ਅਤੇ ਆਪਾਂ ਨੂੰ ਕਿਤੇ ਇਹੋ ਜਿਹੀ ਵੀ ਇਹ ਗਰਮੀ ਨਾਲ ਹੋ ਰਹੀਆਂ ਨੇ ਅਸਲ ਦੇ ਵਿੱਚ ਹੋਵੇ ਉਹ ਬਲਾਸਟ, ਤਾਂ ਉਹ ਚੀਜ਼ਾਂ ਸਾਰੀਆਂ ਸਾਨੂੰ ਆਪਣੇ ਖੇਤਾਂ ਦੇ ਵਿੱਚ ਆਪ ਦੇਖਣੀਆਂ ਪੈਣਗੀਆਂ। ਕਿਉਂਕਿ ਜਿਹੜਾ ਬੰਦਾ ਖੇਤਾਂ 'ਚ ਪ੍ਰੈਕਟਿਸ ਕਰ ਰਿਹਾ ਹੈ ਉਹਨੂੰ ਹੀ ਪਤਾ ਹੁੰਦਾ ਕਿ ਕੀ ਘਾਟ ਵਧ ਰਹੀ ਮੇਰੇ ਤੋਂ,
ਕੱਲੀ ਫੋਟੋ ਦੇਖ ਕੇ ਕੋਈ ਬੰਦਾ ਕੁਛ ਨਹੀਂ ਦੱਸ ਸਕਦਾ ਹੁੰਦਾ, ਜਾਂ ਫਿਰ ਗੱਲ ਕਰਨੀ ਚਾਹੀਦੀ ਆਪਾਂ ਨੂੰ ਫੋਨ 'ਤੇ, ਅਤੇ ਸਾਰਾ ਡੇਟਾ ਜਿਹੜਾ ਹੈਗਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਅਵੇਲੇਬਲ ਕਰਵਾਉਣਾ ਚਾਹੀਦਾ ਸਾਹਮਣੇ ਵਾਲੇ ਬੰਦੇ ਨੂੰ, ਤਾਂ ਜੋ ਉਹ ਥੋੜ੍ਹੀ ਮੋਟੀ ਕੋਈ ਹੈਲਪ ਕਿਸੇ ਦੀ ਕਰ ਸਕੇ। ਐਵੇਂ ਤੁੱਕੇ ਮਾਰਨ ਵਾਲੀ ਗੱਲ ਮੈਂ ਪਹਿਲਾਂ ਵੀ ਕਹੀ ਹੈ ਕਿ ਤੁੱਕੇ ਮਾਰ ਕੇ ਕਿਸੇ ਦੀ ਹੈਲਪ ਕਰਨੀ ਕੋਈ ਬਹੁਤ ਜ਼ਿਆਦਾ ਫਾਇਦੇ ਵਾਲਾ ਕੰਮ ਨਹੀਂ ਹੈਗਾ, ਉਹਦੇ ਨਾਲ ਨੁਕਸਾਨ ਵੀ ਹੋ ਜਾਂਦਾ ਕਈ ਵਾਰੀ ਸਾਹਮਣੇ ਵਾਲੇ ਬੰਦੇ ਦਾ, ਹੈ ਨਾ। ਤਾਂ ਉਹਨਾਂ ਚੀਜ਼ਾਂ ਤੋਂ ਆਪਾਂ ਗੁਰੇਜ਼ ਕਰੀਏ। ਅਤੇ ਬਾਕੀ ਜਿਹੜੀ ਹਲਦੀ ਰੋਗ ਦੀ ਸਮੱਸਿਆ ਜਿਹੜੀਆਂ ਵਰਾਇਟੀਆਂ ਨੂੰ ਜ਼ਿਆਦਾ ਆਉਂਦੀ ਹੈ ਉਹਨਾਂ ਦੇ ਵਿੱਚ ਮੈਂ ਦੱਸ ਸਕਦਾ ਤੁਹਾਨੂੰ ਕਿ ਨਿਸਾਰੇ ਤੋਂ ਪਹਿਲਾਂ ਆਪਾਂ ਕੋਪਰ ਆਕਸੀਕਲੋਰਾਈਡ ਕਰ ਸਕਦੇ ਹਾਂ, ਜੇ ਨਿਸਾਰਾ ਕਰ ਗਈ ਆਪਣੀ ਫਸਲ ਆਪਾਂ ਨੇ ਨਹੀਂ ਕੀਤਾ, ਅਤੇ ਆਪਣੇ ਅਗਰ ਹਲਦੀ ਰੋਗ ਆ ਵੀ ਗਿਆ ਤਾਂ ਵੀ ਆਪਾਂ ਕੋਪਰ ਹਾਈਡਰੋਕਸਾਈਡ ਜਿਹੜੀ ਕੁਸਾਈਡ ਦੇ ਨਾਂ 'ਤੇ ਹੁੰਦੀ ਆ ਉਹਦਾ ਸਪਰੇ ਫਿਰ ਵੀ ਕਰ ਸਕਦੇ ਹਾਂ, ਉਹ ਜਿੱਥੇ ਜਿੱਥੇ ਆਇਆ ਹੋਊ ਉੱਥੇ ਹੀ ਰੋਕ ਦੂਗਾ, ਠੀਕ ਹੈ। ਅਤੇ ਕੁਸਾਈਡ ਜਿਹੜਾ ਹੈਗਾ ਇਹ ਤੁਸੀਂ ਨਿਸਾਰੇ ਤੋਂ ਪਹਿਲਾਂ ਵੀ ਕਰ ਸਕਦੇ ਹੋ, ਬਾਅਦ 'ਚ ਵੀ ਕਰ ਸਕਦੇ ਹੋ, ਇਹਦਾ ਫਰਕ ਇੰਨਾ ਕਿ ਥੋੜ੍ਹਾ ਜਿਹਾ ਕੋਸਟਲੀ ਪੈਂਦਾ ਕੋਪਰ ਆਕਸੀਕਲੋਰਾਈਡ ਨਾਲੋਂ, ਜਿਹੜਾ ਕਿ ਬਲਾਈਟੋਕਸ ਹੈਗਾ ਉਹਦੇ ਨਾਲੋਂ ਕੁਸਾਈਡ ਵਾਲਾ ਥੋੜ੍ਹਾ ਜਿਹਾ ਕੋਸਟਲੀ ਵੀ ਪੈਂਦਾ, ਅਤੇ ਇਹਦੀ ਪ੍ਰੋਟੈਕਸ਼ਨ ਵੀ ਜ਼ਿਆਦਾ ਲੰਬੇ ਟਾਈਮ ਤੱਕ ਹੈ, ਇਹ ਵੀ ਹੈਗੀ ਹੈ ਨਾਲ ਗੱਲ, ਜਿਹੜਾ ਆਪਣਾ ਹਾਈਡਰੋਕਸਾਈਡ ਹੈ ਕੁਸਾਈਡ ਵਾਲਾ, ਹੈ ਨਾ, ਅਤੇ ਉਹਦੀ ਉਨੀ ਜ਼ਿਆਦਾ ਪ੍ਰੋਟੈਕਸ਼ਨ ਲੰਬੀ ਨਹੀਂ ਹੈਗੀ ਜਿਹੜਾ ਕੋਪਰ ਆਕਸੀਕਲੋਰਾਈਡ ਹੈ, ਅਤੇ ਨਿਸਰੇ ਹੋ ਝੋਨੇ ਤਾਂ ਕਰਨਾ ਹੀ ਨਹੀਂ। ਇਹਦੀਆਂ ਵੀ ਡਿਟੇਲਡ ਵੀਡੀਓ ਜਿਹੜੀਆਂ ਹੋਰ ਆਪਾਂ ਨੇ ਇਹਦੇ 'ਚ ਸਾਵਧਾਨੀ ਰੱਖਣੀਆਂ ਨੇ, ਉਹਨਾਂ ਦੀਆਂ ਡਿਟੇਲਡ ਵੀਡੀਓ ਪਈਆਂ ਨੇ। ਇੱਕ ਚੀਜ਼ ਮੈਂ ਇੱਥੇ ਦੱਸਦਾ, ਕਈ ਬੰਦੇ ਵੀਡੀਓਜ਼ ਦੇਖਣ ਜਾਂਦੇ ਹੀ ਨਹੀਂ ਹੈਗੇ, ਘੋਲ ਬਹੁਤ ਕਰਦੇ ਨੇ, ਬਾਹਲੇ ਘੋਲੀ ਬੰਦੇ ਨੇ ਹੈਗੇ ਵੀ, ਉਹ ਕਹਿੰਦੇ ਵੀ ਯਾਰ ਕਿਹੜਾ ਦੇਖੂਗਾ ਵੀਡੀਓ, ਹੈ ਨਾ। ਤਾਂ ਉਹਨਾਂ ਬੰਦਿਆਂ ਨੂੰ ਮੈਂ ਕਹਿ ਦੇਵਾਂ ਕਿ ਇਹਦੇ ਵਿੱਚ ਕੁਛ ਵੀ ਮਿਕਸ ਨਹੀਂ ਕਰਨਾ, ਕੋਪਰ ਜਿਹੜੀ ਹੈਗੀ ਹੈ ਇਹਦੇ ਵਿੱਚ ਤੁਸੀਂ ਇਕੱਲੀ ਸਟੈਪਟੋਸਾਈਕਲਿਨ ਜਿਹੜੀ ਹੈਗੀ ਹੈ ਉਹ ਮਿਕਸ ਕਰ ਸਕਦੇ ਹੋ, ਹੋਰ ਕੁਛ ਨਹੀਂ ਮਿਕਸ ਹੁੰਦਾ ਇਹਦੀ। ਜੇ ਤੁਸੀਂ ਮਿਕਸ ਕਰੋਗੇ ਐਨ ਪੀ ਕੇ ਦੇ ਵਿੱਚ ਫੰਗੀਸਾਈਡ ਵਗੈਰਾ ਜਾਂ ਇਨਸੈਕਟੀਸਾਈਡ, ਤਾਂ ਐਨ ਪੀ ਕੇ ਦਾ ਵਧਾ ਰਿਜ਼ਲਟ ਦੇ ਜੂਗਾ, ਪਰ ਜਿਹੜਾ ਇਨਸੈਕਟੀਸਾਈਡ ਜਾਂ ਖਾਸ ਕਰਕੇ ਫੰਗੀਸਾਈਡ ਹੈ, ਫੰਗੀਸਾਈਡ ਰਿਜ਼ਲਟ ਨਹੀਂ ਦਿੰਦਾ, ਇਹ ਅਸੀਂ ਆਪਣਾ ਤਜਰਬਾ ਆਪਦਾ ਕੀਤਾ ਹੋਇਆ। ਬਾਕੀ ਤੁਸੀਂ ਆਪਦੇ ਤਜਰਬੇ ਕੀਤੇ ਹੋਣਗੇ, ਠੀਕ ਹੈ, ਉਸ ਹਿਸਾਬ ਦੇ ਨਾਲ ਤੁਸੀਂ ਦੇਖ ਸਕਦੇ ਹੋ ਨਾ। ਸੋ ਠੀਕ ਹੈ ਜੀ, ਇੰਨੀਆਂ ਗੱਲ ਕਰ ਲੈਂਦੇ ਹਾਂ ਵੀਡੀਓ 'ਚ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਸਾਰਿਆਂ ਦਾ।